ਅਸਲਾਮ ਵਾਲੇਕੁਮ ਨਾਜ਼ਰੀਨ ਅੱਛਾ ਗੱਲ ਇਹ ਹੈਗੀ ਆ ਕਿ ਤਾਰੀਖ ਹੈਗੀ ਜੀ 16 10 2023 ਟਾਈਮ ਹੈਗਾ ਜੀ ਰਾਤੀ ਤਕਰੀਬਨ 7 ਵਜੇ ਦੇ ਲਗਭਗ ਦਾ ਤਿੰਨ ਨਾਮ ਵਾਲੋਂ ਬੰਦੇ ਆਂਦੇ ਆ ਉਹ ਇੱਕ ਬੰਦੇ ਨੂੰ ਚੱਕਦੇ ਆ ਸ਼ਰੀਫ ਸ਼ੈਰੀ ਨੂੰ ਲੈ ਜਾਂਦੇ ਆ ਜੀ ਲਿਜਾਣ ਤੋਂ ਬਾਅਦ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਤਸਵੀਰਾਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਕਿ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਲੇਕਿਨ ਕੁਝ ਚੀਜ਼ਾਂ ਐਸੀਆਂ ਆ ਕਿ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਸਕਦੇ ਆ ਉੱਥੇ ਜਦੋਂ ਤੁਸੀਂ ਉਹਨਾਂ ਤਸਵੀਰਾਂ ਨੂੰ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਸ ਬੰਦੇ ਦੇ ਉੱਪਰ ਕਿਸੇ ਇਨਸਾਨ ਨੇ ਨਹੀਂ ਤਸ਼ੱਦਦ ਕੀਤਾ ਕਿਸੇ ਇਨਸਾਨ ਨਮਾਦਰਿੰਦੇ ਨੇ ਤਸ਼ੱਦਦ ਕੀਤਾ ਵਾ ਹੁਣ ਉਹ ਕੌਣ ਲੋਗ ਨੇ ਇਹ ਵੀ ਤੁਹਾਨੂੰ ਮੈਂ ਅੱਗੇ ਆ ਕੇ ਦੱਸਦਾ ਵਾਂ ਕਿ ਉਹ ਕਿਹੜੇ ਬੰਦੇ ਸੀ ਤੇ ਕਿਉਂ ਇਹ ਸਾਰਾ ਕੁਝ ਕੀਤਾ ਉਸ ਬੰਦੇ ਨੂੰ ਚੱਕਦੇ ਨੇ ਬੰਦੇ ਨੂੰ ਚੱਕ ਕੇ ਲਿਜਾ ਕੇ ਕੁੱਟਦੇ ਮਾਰਦੇ ਨੇ ਉਹਨੂੰ ਕਹਿੰਦੇ ਆ ਕਿ ਪਛੇ ਆਪਣੇ ਮਗਰਲਿਆਂ ਨੂੰ ਫੋਨ ਕਰ 1 ਲੱਖ ਰੁਪਇਆ ਤੇ 9 ਐਮ ਐਮ ਪਿਸਟਲ ਇਹ ਸਾਨੂੰ ਲਿਆ ਕੇ ਦੇ ਤੇ ਤੇਰੀ ਜਾਨ ਖਲਾਸੀ ਹੋ ਜੇਗੀ ਉਹ ਬੰਦਾ ਆਪਣੇ ਕਜ਼ਨ ਨੂੰ ਫੋਨ ਕਰਦਾ ਵਾ ਕਜ਼ਨ ਨੂੰ ਫੋਨ ਕਰਨ ਤੋਂ ਬਾਅਦ ਉਹ ਵਿਚਾਰਾ ਕਿਤੋਂ ਰੁਪਏ 10 ਰੁਪਏ 100 ਰੁਪਏ 1000 ਰੁਪਏ ਇਕੱਠਾ ਕਰਕੇ ਲੱਖ ਰੁਪਏ ਪੂਰਾ ਕਰਦਾ ਵਾ ਕਿਸੇ ਐਸੀ ਨਾਮਾ ਲੂਮ ਜਗ੍ਹਾ ਤੇ ਲਿਜਾ ਕੇ ਲੱਖ ਰੁਪਏ ਉਹਨਾਂ ਤਿੰਨ ਬੰਦਿਆਂ ਦੇ ਹਵਾਲੇ ਕਰਦਾ ਵਾ ਤੇ ਆਪਣੇ ਕਜ਼ਨ ਜਿਹਦਾ ਨਾਮ ਹੈ ਸ਼ਨਾਸਤੀ ਕਾਰਡ ਮੇਰੇ ਕੋਲ ਪਿਆ ਜੀ ਮੁਹੰਮਦ ਵਿਕਾਸ ਅਕਰਮ ਵਲਦ ਵਿਕਾਸ ਅਕਰਮ ਇਹ ਰਹਿਣ ਆਲਾ ਦੀ ਇਹ ਚੁਮਰਾ ਮੰਡੀ ਚੱਕ ਚੁਮਰਾ ਜ਼ਿਲ੍ਹਾ ਫੈਸਲਾਬਾਦ ਦਾ ਰਹਿਣ علاوہ ਤੇ ਪੈਸੇ ਦੇ ਕੇ ਤੇ ਆਪਣੀ ਜਾਨ ਖ਼ਲਾਸੀ ਕਰਾ ਲੈਂਦਾ ਹੁਣ ਮੈਂ ਥੋੜਾ ਜਿਹਾ ਇਹਦੇ ਪਿੱਛੇ ਜਾਣਾ ਵਾ ਇਸ ਤਰ੍ਹਾਂ ਦੇ ਵਾਕਿਆਤ ਅਕਸਰ ਹੋਏ ਹੋਣਗੇ ਲੇਕਿਨ ਹੁੰਦਾ ਕੀ ਆ ਸਾਡੇ ਲੋਗ ਸਾਡੇ ਸ਼ਹਿਰੀ ਚੁੱਪ ਕਰਕੇ ਬਹਿ ਜਾਂਦੇ ਆ ਇਹਨਾਂ ਦਰਿੰਦਿਆਂ ਦੇ ਡਰ ਤੋਂ ਇਹਨਾਂ ਦੇ ਸ਼ਰਤ ਤੋਂ ਡਰ ਤੋਂ ਕਿਉਂਕਿ ਹੋਣਾ ਸਿਰਫ ਕੀ ਹੁੰਦਾ ਠੀਕ ਹੈ ਇੱਕ ਆਂਦਾ ਜੀ ਮੈਸੇਜ సీపీਓ فیصل آباد ਨੇ ਨੋਟਿਸ ਲੈ ਲਿਆ ਨੋਟਿਸ ਲੈ ਕੇ ਤਿੰਨ ਬੰਦਿਆਂ ਨੂੰ ਮੌਤਲ ਕਰ ਦਿੱਤਾ ਹੁਣ ਤੁਹਾਨੂੰ ਹੋਲੀ-ਹੋਲੀ ਸਮਝ ਲੱਗ ਗਈ ਹੋਣੀ ਆ ਤਿੰਨ ਬੰਦਿਆਂ ਨੂੰ ਮੌਤਲ ਕਰ ਦਿੱਤਾ ਤੇ ਇੱਕ ਐਸਪੀ ਸਾਹਿਬ ਦੀ ਜ਼ਿੰਮੇਵਾਰੀ ਲਾਈ ਜੀ ਤਿੰਨ ਦਿਨਾਂ ਦੇ ਅੰਦਰ ਇਹਦੀ ਇਨਕੁਆਇਰੀ ਕਰਵਾਓ ਮੈਂ ਦਰਖਾਸਤ ਕਰਾਂਗਾ اربਾਬ-ਏ-ਇਖਤਿਆਰ ਨੂੰ ਵਜ਼ੀਰ ਅਲਾਹ ਸਾਹਿਬ ਕੱਲ ਨਵੇਂ-ਨਵੇਂ ਗਏ ਆ ਤੇ ਸਾਡੀਆਂ ਸੜਕਾਂ ਵੀ ਸਾਫ਼ ਆ ਸਾਡੇ ਥਾਣੇ ਵੀ ਸਾਫ਼ ਆ ਸਾਡੇ ਹਸਪਤਾਲ ਵੀ ਸਾਫ਼ ਆ ਸਾਰਾ ਕੁਝ ਸਾਫ਼-ਸੁਥਰਾ ਹੋਇਆ ਪਿਆ ਵਾ ਲੇਕਿਨ ਜਨਾਬ ਵਜ਼ੀਰ ਆਲਾ ਸਾਹਿਬ ਇਹਦੇ ਪਿੱਛੇ ਤੇ ਅੰਦਰ ਕਾਗਜ਼ਾਂ 'ਚ ਦੇਖੋ ਕੀ ਹੋ ਰਿਹਾ ਵਾ ਕੀ ਇੱਕ ਆਮ ਬੰਦਾ ਕਿਸੇ ਬੰਦੇ ਤੇ ਇਸ ਤਰ੍ਹਾਂ ਤਸ਼ੱਦਦ ਕਰੇ ਉਹਦੇ ਕੋਲੋਂ ਲੱਖ ਰੁਪਿਆ ਮੰਗਵਾਵੇ ਉਹਦੇ ਕੋਲੋਂ ਇੱਕ ਪਿਸਟਲ ਮੰਗਵਾਵੇ ਤੇ ਉਹਦੇ ਤੇ ਤੁਸੀਂ ਤਿੰਨ ਦਿਨ ਦੀ ਇਨਕੁਆਇਰੀ ਕਰਵਾਓਗੇ ਜਾਂ ਉੱਤੇ ਫੌਰੀ ਤੌਰ ਤੇ ਪਰਚਾ ਦੇ ਕੇ ਉਹਦੀ ਤਫਤੀਸ਼ ਦਾ ਆਗਾਜ਼ ਕਰੋਗੇ ਇਨਕੁਆਇਰੀ ਕੀ ਹੁੰਦੀ ਆ ਇਨਕੁਆਰੀ ਇਨਕੁਆਰੀ ਜਦੋਂ ਵੀ ਕਿਸੇ ਤੁਸੀਂ ਕੇਸ ਨੂੰ ਲਟਕਾਣਾ ਹੋਵੇ ਉਹ ਤੇ ਇਨਕੁਆਰੀ ਕਰਵਾ ਲਓ ਇਹ ਹੀ ਕੰਮ ਸਾਡੇ ਸੀਪੀਓ ਸਾਹਿਬ ਨੇ ਕੀਤਾ ਵਾ ਕਿ ਤਿੰਨਾਂ ਦਿਨਾਂ ਦੀ ਇਨਕੁਆਰੀ ਕਰਕੇ ਐਸਪੀ ਸਾਹਿਬ ਰਿਪੋਰਟ ਦੇਣ ਬੀ ਐਸਪੀ ਸਾਹਿਬ ਨੇ ਹੋਰ ਰਿਪੋਰਟ ਕੀ ਦੇਣੀ ਆ ਦਰਖਾਸਤ ਤੁਹਾਡੇ ਕੋਲ ਆ ਗਈ ਤਸ਼ੱਦਦ ਦੀਆਂ ਤਸਵੀਰਾਂ ਤੁਹਾਡੇ ਕੋਲ ਆ ਗਈਆਂ ਮੈਡੀਕਲ ਤੁਸੀਂ ਉਸ ਬੰਦੇ ਦਾ ਹੋਣ ਨਹੀਂ ਦੇਣ ਦੇ ਤੇ ਜਨਾਬ ਰਿਪੋਰਟ ਕੀ ਆਣੀ ਚੰਦੇਨ ਬਾਅਦ ਤਿੰਨ ਦਿਨ ਬਾਅਦ ਵੀ ਇਹੀ ਕੁਝ ਹੋਣਾ ਵਾ ਜੋ ਅੱਜ ਅਸੀਂ ਕਹਿ ਦੇਣਾ ਵਾ ਤੇ لہذا ایسی گزارش ਕਰਾਂਗੇ افسران ਦੇ ਅੱਗੇ ਕਿ ਇਹਦਾ ਮੁਕਦਮਾ ਦਰਜ ਕਰਕੇ ਤਿੰਨੇ ਮੁਲਜ਼ਮਾਂ ਜਿਨ੍ਹਾਂ ਦੇ ਨਾਮ ਸਾਹਮਣੇ ਆ ਚੁੱਕੇ ਆ شاہਦ ਲਸ਼ਾਰੀ ਕੋਈ ਮੰਜ ਹੈਗਾ ਦੂਸਰਾ ਤੇ ਅੱਗੇ ਹੈਗਾ ਅਫਜ਼ਲ ਇਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਕੇ ਕਰਾਰਵਾਕੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਂਦਾ ਕਿਸੇ ਦੀ ਇਸ ਤਰ੍ਹਾਂ ਜੁਰਤ ਨਾ ਹੋਵੇ ਹੁਣ ਥੋੜਾ ਤੁਹਾਨੂੰ ਵਾਕਿਆਵੇ ਦੱਸ ਦिए ਕਿ ਵਾਕਿਆ ਕੀ ਹੋਇਆ ਸੀਗਾ ਚੁੰਮਰੇ ਦੇ ਅੰਦਰ ਦੋ ਭਰਾ ਰਹਿੰਦੇ ਸੀ ਉਹਨਾਂ ਦੋਨਾਂ ਦੀ ਰਾਤੀ ਕਿਸੇ ਵੀ ਗੱਲ ਤੋਂ ਤਲਾਕ ਕਲਾਮੀ ਹੋ ਗਈ ਦੇਖਣਾ ਕਿ ਪੈਸੇ ਕਿੱਦਾਂ ਕਿੱਦਾਂ ਆਏ ਆ ਇੱਕ ਪਾਸੋਂ ਪੈਸੇ ਲੈ ਲੈ ਸੀ ਤੇ ਲਾਲਚ ਪਿਆ ਤੇ ਦੂਸਰੇ ਪਾਸੋਂ ਲੈਣ ਵਾਸਤੇ ਗਾਂ ਨੂੰ ਤੁਰ ਪੇ ਚੈੱਕ ਕਰਨਾ ਜ਼ਰਾ ਸਟੋਰੀ ਚੈੱਕ ਕਰਨਾ ਦੋਵਾਂ ਭਰਾਵਾਂ ਦੀ ਲੜਾਈ ਹੋਈ ਜੀ ਇੱਕ ਭਰਾ ਨੂੰ ਪੁਲਿਸ ਆ ਕੇ ਮੌਕੇ ਤੋਂ ਫੜ ਕੇ ਲੈ ਗਈ ਦੋਨਾਂ ਭਰਾਵਾਂ ਨੇ ਹਵਾਈ ਫਾਇਰਿੰਗ ਵੀ ਕੀਤੀ ਗਲਤ ਕੰਮ ਕੀਤਾ ਐਫ ਆਈ ਆਰ ਦਿੰਦੇ ਤੁੰਨ ਕੇ ਇਸੇ ਜਨਾਬ ਪੁਲਿਸ ਦੇ ਨਾਲ ਖਲੋਤੇ ਹੁੰਦੇ ਆਰਾ 10 ਦੇ ਹੁੰਦੇ ਕਿ ਦੋਨਾਂ ਭਰਾਵਾਂ ਨੇ ਲੜਾਈ ਦੇ ਦੌਰਾਨ ਫਾਇਰਿੰਗ ਕੀਤੀ ਅੱਜ ਦੋਨੇ ਅੰਦਰ ਹੈ ਇਹਦਾ ਕੀ ਫਾਇਦਾ ਹੋਣਾ ਸੀਗਾ ਦੇਖੋ ਦੇਖੀ ਬਾਕੀ ਭਰਾਵਾਂ ਨੇ ਲੜਨਾ ਨਹੀਂ ਸੀਗਾ ਤੇ ਫਾਇਰਿੰਗ ਨਹੀਂ ਕਰਨੀ ਸੀ ਲੇਕਿਨ ਐਸੀ ਕੀ ਕੀਤਾ ਐ ਵੀ ਸੁਣ ਲੋ ਇੱਕ ਭਰਾ ਨੂੰ ਉਸੇ ਟਾਈਮ ਪੁਲਿਸ ਫੜ ਕੇ ਲੈ ਗਈ ਜਨਾਬ ਫੜਨ ਤੋਂ ਬਾਅਦ ਪੈਸੇ ਤੇ ਸਵੇਰੇ ਭਰਾ ਛੱਡ ਦਿੱਤਾ ਅੱਲਾ ਦੇ ਸਪੋਰਟ ਉਹਦੇ ਕੋ ਪੈਸੇ ਲੈ ਲਏ ਹੁਣ ਪਤਾ ਲੱਗ ਗਿਆ ਖੈਰ ਜੀ ਉਹ ਭਰਾ ਦੋਵੇਂ ਆਏ ਉਹ ਰਿਸ਼ਤੇਦਾਰ ਘਰ ਵੜੇ ਸੁਲ੍ਹਾ ਕਰਵਾਈ ਉਹਨਾਂ ਨੇ ਦੋਨਾਂ ਭਰਾਵਾਂ ਨੂੰ ਤੋਹ ਲਾਨਤ ਕੀਤੀ ਤੇ ਹੁਣ ਇੱਕ ਪਾਰਟੀ ਕੋਲ ਤੋਂ ਪੁਲਿਸ ਨੇ ਪੈਸੇ ਲੈ ਲੇ ਸੀ ਹੁਣ ਦੂਸਰੀ ਪਾਰਟੀ ਕੋਲ ਲੈਂਡ ਦਾ ਕੋਈ ਤਰੀਕਾ ਨਹੀਂ ਬਣ ਰਿਆ ਸੀ ਲਿਹਾਜ਼ਾ ਜਨਾਬ ਉੱਥੇ ਰਾਣਾ ਮਜ਼ਰ ਸਾਹਿਬ ਐਸਚਓ ਸਾਹਿਬ ਲੱਗੇ ਨੇ ਉਹਨਾਂ ਨੇ ਤਾਂ ਹੁਣ ਮੈਂ ਕੀ ਕਹਾਂ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਲੇਕਿਨ ਉੱਤੇ ਪਰਚਾ ਹੋਣਾ ਚਾਹੀਦਾ ਉਹ ਜਨਾਬ ਗਨਮੈਨ ਸਾਹਿਬਾਂ ਨੇ ਇਹਦਾ ਪਿੱਛਾ ਕੀਤਾ ਕਿਦਨੂ ਜਾਣ ਲਿਆ ਵਾ ਇਹਨੂੰ ਜਾ ਫੜਿਆ ਖੋੜੇ ਵਾਲਿਓ ਫੜ ਕੇ ਤੇ ਜਨਾਬ ਲਿਜਾ ਗਏ ਉੱਤੇ ਸਾਈਡ ਤੇ ਕੁੱਟਿਆ ਮਾਰਿਆ ਮਾਰਨ ਤੋਂ ਬਾਅਦ ਕਹਿੰਦੇ ਕਿ 1 ਲੱਖ ਰੁਪਇਆ ਦੇ ਤੇ ਉਹ ਪਿਸਟਲ ਕਿਹੜਾ ਪਿਸਟਲ ਉਹੀ ਪਿਸਟਲ ਜਿਸ ਨਾਲ ਤੂੰ ਹਵਾਈ ਫਾਇਰਿੰਗ ਕਰਦਾ ਰਿਆ ਉਹ ਪਿਸਤਲ ਵੀ ਦੇ ਬਿਲਕੁਲ ਲੈਣਾ ਚਾਹੀਦਾ ਸੀ ਉਸ ਪਿਸਤਲ ਦੇ ਨਾਲ ਹਵਾਈ ਫਾਇਰਿੰਗ ਹੋਈ ਸੀ ਲੇਕਿਨ ਮੈਂ ਅਫਸਰਾਨੇ ਬਾਲਾਂ ਨੂੰ ਇਹ ਗੱਲ ਕਵਾਂਗਾ ਕਿ ਹਵਾਈ ਫਾਇਰਿੰਗ ਕਰਨ ਵਾਲਾ ਪਿਸਤਲ ਲੈਣਾ ਹੀ ਜ਼ਿੰਮੇਵਾਰੀ ਨਹੀਂ ਜਨਾਬ ਇੱਤੇ 13 ਵੀ ਪੈਣ ਦਾ ਪਰਚਾ ਦਰਜ ਹੋਣਾ ਜ਼ਿੰਮੇਵਾਰੀ ਆ ਅਗਰ ਪਿਸਤਲ ਲੈਣਾ ਜ਼ਿੰਮੇਵਾਰੀ ਆ ਤੇ ਨਾਲ ਲੱਖ ਰੁਪਏ ਲੈਣਾ ਵੀ ਤੁਹਾਡੀ ਜ਼ਿੰਮੇਵਾਰੀ ਨਹੀਂ ਜਨਾਬ ਉਦੇ ਦੇ ਵਿਕਾਸ ਤੇ ਪਰਚਾ ਦਰਜ ਹੁੰਦਾ ਵਿਕਾਸ ਉਰੀ ਅੰਦਰ ਹੁੰਦੇ ਵਿਕਾਸ ਉਰੀ ਜੇਲ ਜਾਂਦੇ ਵਿਕਾਸ ਉਰੀ ਜ਼ਮਾਨਤ ਕਰਵਾਂਦੇ ਇਨਾਂ ਨੂੰ ਗਾਂ ਫਾਇਰਿੰਗ ਕਰਨ ਲੱਗਣ ਦਾ ਅਹਿਸਾਸ ਹੁੰਦਾ ਲੇਕਿਨ ਜਨਾਬ ਤੁਸੀਂ ਕੁੱਟ-ਕੁੱਟ ਕੇ ਬੰਦਾ ਫੰਡਰ ਕਰਤਾ ਫੰਡਰ ਕਰਨ ਤੋਂ ਬਾਅਦ ਪੱਤਾ ਮੰਗਦੇ ਰਹੇ ਉਹਦੇ ਮਗਰਲਿਆਂ ਨੂੰ ਬੁਲਾਇਆ ਗਿਆ ਪਿਸਟਲ ਲਿਆ ਗਿਆ ਪੈਸੇ ਲੈ ਕੇ ਤੇ ਬੰਦੇ ਨੂੰ ਬਾਇਜ਼ਤ ਤੌਰ ਤੇ ਬਰੀ ਕਰ ਦਿੱਤਾ ਗਿਆ ਰਿਹਾ ਕਰ ਦਿੱਤਾ ਗਿਆ ਤੇ ਬੰਦੇ ਨੇ ਬਾਹਰ ਆ ਕੇ ਜਨਾਬ ਇਹ ਦਰਖਾਸਤ ਜਿਹੜੀ ਆ ਉਹ ਦੇ ਮਾਰੀ आरपीओ साहब ਦੇ ਦਫਤਰ आरपीओ साहब ਨੇ ਬੜਾ ਬੜਾ ਅੱਛਾ ਫੈਸਲਾ ਕੀਤਾ ਜੀ ਉਹਨਾਂ ਨੇ सीपीओ साहब ਨੂੰ ਭੇਜਿਆ ਤੇ सीपीओ साहब ਨੇ ਕੀਤਾ ਜੀ ਤਿੰਨ ਬੰਦੇ ਜਿਹੜੇ ਆ ਜੀ ਜਿਹਦੇ ਚ ਸ਼ਾਹਿਦ ਲਸ਼ਾਰੀ ਆ ਮੈਂ ਦੇਖ ਲਵਾਂ ਜਿਹੜਾ ਉਹਨਾਂ ਦਾ ਅਫੀਸ਼ੀਅਲੀ ਮੈਸੇਜ ਆਇਆ ਪਹਿਲੇ ਮੈਂ ਤੁਹਾਨੂੰ ਉਹ ਮੈਸੇਜ ਦਿਖਾ ਦਵਾਂ ਉਹਦੀ ਵਜ੍ਹਾ ਕਿ ਇਹਦੇ ਤੇ ਤਿੰਨ ਬੰਦੇ ਲਿਖਿਆ ਤੇ ਮੈਨੂੰ ਮਹਿਸੂਸ ਇਦਾਂ ਹੋਇਆ ਕਿ ਜਿੱਦਾਂ ਮੈਂ ਰਾਤੀ ਨਾ ਪੜਿਆ ਤੇ ਉਹ ਦੋ ਬੰਦੇ ਇਹਨਾਂ ਨੇ ਮੌਤਲ ਕੀਤੇ ਆ ਜੀ ਹਾਂਜੀ ਮੈਸੇਜ ਸਾਨੂੰ ਆਇਆ ਜੀ ਥਾਣਾ ਚੱਗ ਜੁਮਰਾ ਮੇ ਪੁਲਿਸ ਕਾ ਸ਼ਹਿਰੀ ਵਕਾਸ ਪਰ ਤਸ਼ੱਦਦ ਕਾ ਮਾਮਲਾ

فیصل آباد ایس پی مدینہ ٹاؤن سے 3 دن میں معاملے کی رپورٹ طلب کسی کو قانون ہاتھ میں لینے کی اجازت نہیں ہوگی ترجمان سی پی او فیصل آباد ہن ਤੁਸੀਂ مینوں دسو اے گل کہ ایں دے انکوائری والا رولا کدتے آ ایں دے وچ گلاں کدتے نے اک پتے دا پرچہ ہووے ਠੀਕਾ ਲੱਖ ਰੁਪਏ ਉਹਨਾਂ ਕੋ ਬਰਾਮਦ ਹੋਵੇ ਪਿਸਤਲ ਉਹਨਾਂ ਕੋ ਬਰਾਮਦ ਹੋਵੇ ਸਾਰੇ ਹਕਾਇਕ ਸਾਹਮਣੇ ਆ ਹੁਣ ਮੈਂ ਉਹ ਲਫਜ਼ ਬੋਲ ਨਹੀਂ ਸਕਦਾ ਜਿਹੜੀ ਜਿਹੜੀ ਸ਼ੈ ਉਹਨਾਂ ਨੇ ਕੁੱਟ ਕੁੱਟ ਕੇ ਲਾਲ ਕੀਤੀਆਂ ਨਾ ਸਿਰਫ ਬਾਂਦਰ ਦੀ ਲਾਲ ਹੁੰਦੀ ਹੈ ਜਾਂ ਤੁਸੀਂ ਵੀਡੀਓ ਚ ਦੇਖ ਸਕਦੇ ਹੋਰ ਆਮ ਬੰਦੇ ਦੀ ਉਹ ਲਾਲ ਨਹੀਂ ਹੁੰਦੀ ਲੇਕਿਨ ਮੈਂ ਵੀਡੀਓ ਜਾਂ ਤਸਵੀਰਾਂ ਦੇਖੀਆਂ ਉਹ ਬਾਂਦਰ ਤੋਂ ਵੀ ਬਹੁਤੀ ਲਾਲ ਕਰ ਦਿੱਤੀ ਉਹਨਾਂ ਨੇ ਕੁੱਟ ਕੁੱਟ ਕੇ ਹੁਣ ਹੋਣਾ ਤੇ ਇਹੀ ਚਾਹੀਦਾ ਵਾ ਕਿ ਉਹੀ ਪੰਜਾ ਹੋਵੇ ਉਹੀ ਚਿੱਤਰ ਹੋਣ ਇਹੀ ਬੰਦੇ ਹੋਣ ਉਸ ਅਫਜ਼ਲ ਸਾਹਿਬ ਨੂੰ ਜੁੱਤਰ ਫੜਾਇਆ ਜਾਵੇ ਉਹਨੂੰ ਕਹੋ ਜੀ ਲਓ ਜੀ ਆਪਣਾ ਜਿਹੜਾ ਵਾਚਾ ਤੁਸੀਂ ਪੂਰਾ ਕਰ ਲੋ ਲੇਕਿਨ ਅਸੀਂ ਇਹ ਵੀ ਨਹੀਂ ਕਵਾਂਗੇ ਕਿ ਕਾਨੂੰਨ ਹੱਥ ਲਵੋ ਅਸੀਂ ਇਹ ਗੱਲ ਕਵਾਂਗੇ ਕਿ ਦੇਖੋ ਮੈਂ ਫੈਸਲਾਬਾਦ ਦੀ ਪੁਲਿਸ ਦੇ ਅਸਰਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਅਗਰ ਇਹਨਾਂ ਨੇ ਕੁਝ ਕਰਨਾ ਹੁੰਦਾ ਤੇ ਇਹਨਾਂ ਨੇ ਰਾਤੀ ਹੀ ਕਰ ਦੇਣਾ ਸੀਗਾ ਮੈਂ ਕਵਾਂਗਾ ਆਈਜੀ ਪੰਜਾਬ ਸਾਹਿਬ ਨੂੰ ਮੈਂ ਕਵਾਂਗਾ ਕਿ ਵਜ਼ੀਰ ਆਲਾ ਪੰਜਾਬ ਸਾਹਿਬ ਨੂੰ ਕਿ ਸਰ ਤੁਸੀਂ ਇੱਥੇ ਕੋਈ ਨੋਟਿਸ ਲਵੋ ਨੋਟਿਸ ਲੈ ਕੇ ਇਸ ਬੰਦੇ ਨੂੰ ਵਿਕਾਸ ਨਾਮੀ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਹੜੇ ਮੁਲਜ਼ਮਾਂ ਨੇ ਤੁਸੀਂ ਮਲਵਸ ਨੇ ਉਹਨਾਂ ਨੂੰ ਕਰਾਰਵਾਕੇ ਇਸਲਾਮ ਮਿਲਣੀ ਚਾਹੀਦੀ ਹੈ ਬਹੁਤ ਸ਼ੁਕਰੀਆ